ਭਾਰਤ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਦੇ ਕਾਰਨ ਲੋਕ ਤਰਾਹ-ਤਰਾਹ ਕਰ ਰਹੇ ਸਨ। ਹੁਣ ਪੰਜਾਬ ਵਿੱਚ ਮਾਨਸੂਨ ਦੀ ਪਹਿਲੀ ਦਸਤਕ ਤੇ ਮੀਂਹ ਦੀਆਂ ਬੁਛਾੜਾਂ ਨੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਦਵਾ ਦਿੱਤੀ ਹੈ। ਉੱਥੇ ਇਸ ਮੀਂਹ ਦੇ ਕਾਰਨ ਹਰ ਵਿਅਕਤੀ ਦੇ ਚਿਹਰੇ ਖਿੜ ਗਏ ਹਨ ਅਤੇ ਜਿੱਥੇ ਇਸ ਮੀਂਹ ਦੇ ਨਾਲ ਸ਼ਹਿਰ ਨਿਵਾਸੀ ਖੁਸ਼ ਹਨ, ਉੱਥੇ ਦੂਜੇ ਪਾਸੇ ਕਿਸਾਨ ਵੀ ਖੁਸ਼ ਦਿਖਾਈ ਦੇ ਰਹੇ ਹਨ। ਜੇਕਰ ਨਾਭਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਤੇਜ਼ ਬਾਰਿਸ਼ ਦੇ ਚਲਦਿਆਂ ਚਾਲਕਾਂ ਨੂੰ ਦਿਨ ਦੇ ਵਿੱਚ ਹੀ ਲਾਈਟਾਂ ਦਾ ਸਹਾਰਾ ਲੈਣਾ ਪਿਆ। ਉੱਥੇ ਹੀ ਸ਼ਹਿਰ ਨਿਵਾਸੀ ਅਤੇ ਕਿਸਾਨ ਕਾਫੀ ਖੁਸ਼ ਦਿਖਾਈ ਦਿੱਤੇ। ਉਹਨਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ ਅਤੇ ਇਹ ਮੀਂਹ ਦੇ ਨਾਲ ਹੁਣ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ ਹੈ। ਕਿਸਾਨਾਂ ਨੇ ਕਿਹਾ ਕਿ ਇਸ ਬਾਰਿਸ਼ ਦੇ ਨਾਲ ਖੇਤਾਂ ਵਿੱਚ ਖੜੀ ਫਸਲ ਲਈ ਬਹੁਤ ਲਾਹੇਵੰਦ ਹੈ, ਕਿਉਂਕਿ ਜਿੱਥੇ ਬਿਜਲੀ ਦੇ ਕੱਟ ਲੱਗ ਰਹੇ ਸੀ ਉੱਥੇ ਹੀ ਹੁਣ ਮੀਂਹ ਦੇ ਕਾਰਨ ਸਾਨੂੰ ਬਿਜਲੀ ਦੀ ਵੀ ਲੋੜ ਨਹੀਂ ਹੈ। ਗਰਮੀ ਦੀ ਤਾਂ ਦੇਖੋ ਬਹੁਤ ਜ਼ਿਆਦਾ ਸਮੱਸਿਆ, ਇਹਦੇ ਤੁਹਾਡੇ ਸਾਹਮਣੇ 45-47 ਡਿਗਰੀ ਟੈਂਪਰੇਚਰ ਸੀਗਾ, ਧੁੱਪ ਬਹੁਤ ਤੇਜ਼ ਹੁੰਦੀ ਸੀਗੀ, ਗਰਮੀ ਵਿੱਚ ਲੋਕ ਬਿਮਾਰ ਹੋ ਰਹੇ ਸੀ। ਅਤੇ ਹੁਣ ਦੇਖੋ ਟੈਂਪਰੇਚਰ ਬਹੁਤ ਜ਼ਿਆਦਾ ਨੀਚੇ ਆਇਆ, ਇਹਦੇ ਨਾਲ ਮਤਲਬ ਕਾਫੀ ਜ਼ਿਆਦਾ ਰਾਹਤ ਮਿਲਣ ਦੀ ਉਮੀਦ ਹੈਗੀ ਹੈ। ਮੌਸਮ ਜਿਵੇਂ ਵਿਭਾਗ ਕਹਿ ਰਿਹਾ ਵੀ ਕਾਫੀ ਦਿਨ ਦਾ ਮੀਂਹ, ਇਹਦੇ ਨਾਲ ਤਾਂ ਕਾਫੀ ਰਾਹਤ ਮਿਲੀ, ਜਿਵੇਂ ਏਸੀ ਕੰਮ ਨਹੀਂ ਕਰਦੇ ਸੀ ਹੁਣ ਤਾਂ ਏਸੀ ਦੀ ਲੋੜ ਨਹੀਂ। ਹਾਂਜੀ ਹਾਂ ਬਿਲਕੁਲ, ਟੈਂਪਰੇਚਰ ਘਟਣ ਨਾਲ ਹੁਣ ਏਸੀ ਦੀ ਲੋੜ ਦੀ ਬਹੁਤ ਮਤਲਬ ਘੱਟ ਗਈ ਹੈ ਜਿਹੜੀ ਲੋੜ ਹੈ। ਮੀਂਹ ਮੌਸਮ ਵਿਭਾਗ ਕਹਿ ਰਿਹਾ ਵੀ 8-10 ਦਿਨ ਪੈ ਸਕਦਾ, ਅਤੇ ਉਸਦੇ ਨਾਲ ਦੇਖੋ ਮੌਸਮ ਵਧੀਆ ਹੀ ਰਹੂਗਾ। ਲੋਕ ਖੁਸ਼ ਨੇ ਸਾਰੀ ਇਸ ਮੌਸਮ ਦੀ ਪਹਿਲੀ ਵਰਤਣਾ? ਹਾਂਜੀ ਹਾਂਜੀ ਬਿਲਕੁਲ ਜੀ, ਲੋਕ ਖੁਸ਼ ਨੇ, ਕਿਸਾਨਾਂ 'ਚ ਉਤਸ਼ਾਹ ਹੈ, ਪਾਣੀ ਦੀ ਘਾਟ ਹੈ ਜਿਹੜੀ ਉਹ ਉਹਨਾਂ ਦੀ ਪੂਰੀ ਹੋਊਗੀ ਮੌਨਸੂਨ ਨਾਲ, ਮਤਲਬ ਟੈਂਪਰੇਚਰ ਡਾਊਨ ਆਊਗਾ, ਲੋਕਾਂ ਦੇ ਮਤਲਬ ਸਿਹਤ ਪੱਖੋਂ ਵੀ ਹੋਰ ਹਰੇਕ ਪੱਖੋਂ ਬਹੁਤ ਵਧੀਆ ਹੈ। ਅੱਜ ਤੁਸੀਂ ਬਰਸਾਤ ਦਾ ਇਹ ਲਾ ਕੇ ਚਲੋ ਵੀ ਬਹੁਤ ਵਧੀਆ ਫਾਇਦਾ, ਬਹੁਤ ਜ਼ਿਆਦਾ ਫਾਇਦਾ ਜੀ। ਜਿਹੜੀ ਲਾਈਟ ਦੇ ਕੱਟ ਸੀ, ਇੰਨਾ ਜ਼ਿਆਦਾ ਲਾਈਟ ਦਾ ਕੱਟ ਵੱਧ ਗਿਆ ਸੀ ਵੀ ਲਾਈਟ ਪੂਰੀ ਨਹੀਂ ਸੀ ਹੋ ਰਹੀ, ਜੇ ਨਾ ਮੌਨਸੂਨ ਆਉਂਦੀ ਨਾ ਬਰਸਾਤ ਹੁੰਦੀ ਤਾਂ ਜੀਰੀਆਂ ਵਾਹੁਣ ਵਾਲਾ ਕੰਮ ਹੋ ਜਾਣਾ ਸੀ। ਇਹਦੇ ਨਾਲ ਤਾਂ ਹੁਣ ਕਾਫੀ ਫਾਇਦਾ ਹੋਊਗਾ? ਬਹੁਤ ਜ਼ਿਆਦਾ ਫਾਇਦਾ ਜੀ, ਰਾਹਤ ਹੈ, ਮਤਲਬ ਲਾ ਕੇ ਚਲੋ ਫਸਲਾਂ ਦੀ ਰੂਹ ਰੰਗਤ ਬਹੁਤ ਜ਼ਿਆਦਾ ਬਦਲ ਜੂ, ਪੇੜ ਦਰਖਤ ਜਿਹੜੇ ਬਹੁਤ ਜ਼ਿਆਦਾ ਬੁਰਾ ਹਾਲ ਸੀ ਉਹਨਾਂ ਦੀ ਹਰਿਆਲੀ ਵਧੀਆ ਬਣ। ਕਾਫੀ ਜਿਹੜਾ ਹੈ ਟੈਂਪਰੇਚਰ ਦਿਨੋ ਦਿਨ ਵੱਧਦੀ ਜਾ ਰਿਹਾ, ਬਹੁਤ ਜ਼ਿਆਦਾ, ਤੁਸੀਂ ਦੇਖੋ ਅੰਦਾਜ਼ਾ ਲਾਓ ਵੀ ਏਸੀ ਵੀ ਕੰਮ ਕਰਨ ਨੂੰ ਹਟ ਗਈ ਸੀ, 2 ਦਿਨ ਤੱਕ ਕੋਈ ਹਾਲਾਤ ਨਹੀਂ ਸੀ ਬਾਹਰ ਕੰਮ ਕਰਨ ਵਾਲਾ, ਲੇਬਰ ਵੀ ਕੰਮ ਕਰਨਾ ਨਹੀਂ ਸੀ ਮੰਨ ਦੀ। ਇਹ ਤਾਂ ਬਹੁਤ ਧੰਨਵਾਦ ਹੈ, ਵਾਹਿਗੁਰੂ ਦੀ ਕਿਰਪਾ ਨਾਲ ਵਰਸ ਗਿਆ ਪਰਮਾਤਮਾ ਜੀ, ਨਹੀਂ ਤਾਂ ਬਹੁਤ ਬੁਰਾ ਹਾਲ ਹੋਣਾ ਸੀ। ਬਿਊਰੋ ਰਿਪੋਰਟ, ਅਜੀਤ ਵੈਬ ਟੀਵੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।